ਅੰਬ ਦੇ ਅਚਾਰ ਦਾ ਮੌਸਮ ਹੈ ਅਤੇ ਜੇ ਇਹ ਨਹੀਂ ਪਾਇਆ ਤਾਂ ਸਾਰਾ ਸਿਆਲ ਬੜੀ ਤੰਗੀ ਰਹਿੰਦੀ ਹੈ। ਹੁਣ ਸਾਡੇ ਕੋਲ ਦੇਖੋ ਦੋ ਤਰੀਕੇ ਨਾਲ ਪਾਇਆ ਜਾ ਸਕਦਾ ਹੈ। ਇਹ ਅਸੀਂ ਕੱਲ੍ਹ ਮੈਂ ਅੰਬੀਆਂ ਜਿਹੜੀਆਂ ਸੀ ਟੋਕੇ ਨਾਲ ਵਢਾ ਕੇ ਸਵੇਰ ਦੀਆਂ ਧੁੱਪੇ ਸੁੱਕਣੇ ਪਾਈਆਂ ਹੋਈਆਂ ਨੇ ਅਤੇ ਸੁੱਕ ਜਾਣਗੀਆਂ। ਅਤੇ ਇਹ ਜਿਹੜਾ ਅੰਬ ਹੈ ਨਾ, ਇਹ ਹੈਗਾ ਕਲਮੀ, ਇਹ ਜਿਹੜਾ ਸਵੇਰੇ ਆਇਆ ਸੀ ਉਹ ਹੈ। ਇਹਦੀ ਵੈਸੇ ਤਾਂ ਮੈਂ ਬਣਾਉਂਦੀ ਹਾਂ ਚਟਨੀ, ਦੇਖੋ ਇਹ ਪੀਲਾ ਅੰਬ ਹੈ, ਪਰ ਜੇ ਇਹਦਾ ਵੀ ਅਚਾਰ ਪਾਉਣਾ ਨਾ ਮੈਂ ਗਿਟਕ ਤੋਂ ਬਿਨਾਂ, ਤਾਂ ਇੱਦਾਂ ਕਰਕੇ ਕੱਟ ਲੈਣਾ ਅਤੇ ਇਹ ਦੇਖੋ ਜੀ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਕੱਟ ਲਓ। ਗਿਟਕ ਨਾ ਪਾਓ, ਗਿਟਕ ਦੀ ਕੋਈ ਸਬਜ਼ੀ ਬਣਾ ਲਓ, ਕੁਛ ਵੀ ਕਰ ਲਓ। ਹੋ ਗਏ ਆਂਟੀ, ਲਾਲ ਮਿਰਚਾਂ ਕਾਹਦੇ ਵਾਸਤੇ ਰੱਖੀਆਂ ਹੋਈਆਂ ਨੇ? ਲਾਲ ਮਿਰਚਾਂ ਅਸੀਂ ਸਾਬਤ ਹੀ ਪਾਉਣੀਆਂ ਨੇ, ਪਰ ਡੰਡੀ ਲਾ ਕੇ ਕਦੋਂ ਪਾਉਣੀਆਂ ਨੇ ਇਹ ਤੁਹਾਨੂੰ ਦਿਖਾਉਂਦੀ ਹਾਂ। ਪਹਿਲਾਂ ਇਹਦੀਆਂ ਡੰਡੀਆਂ ਲਾ ਲਈਏ। ਇੱਥੇ ਚਾਹੀਦੇ ਨੇ ਮੇਥੇ, ਮਿਰਚ ਕੁੱਟੀ ਹੋਈ, ਮਿਰਚ ਪਾਊਡਰ ਵਾਲੀ, ਹਲਦੀ, ਸਾਬਤ ਕਾਲੀ ਮਿਰਚ, ਸੌਂਫ, ਜੀਰਾ, ਜੀਰਾ ਮੈਂ ਪਾਉਂਦੀ ਹਾਂ, ਲੋਕ ਕਈ ਨਹੀਂ ਵੀ ਪਾਉਂਦੇ, ਅਤੇ ਕਲੌਂਜੀ, ਇਹ ਸਾਰੀਆਂ ਚੀਜ਼ਾਂ। ਉਸ ਤੋਂ ਇਲਾਵਾ ਨਮਕ ਅਤੇ ਤੇਲ। ਤੇਲ ਦੇ ਬਾਰੇ ਗੱਲ ਕਹਿਣਾ ਚਾਹਾਂਗੀ, ਤੇਲ ਹਮੇਸ਼ਾ ਜਿੰਨਾ ਚਾਹੀਦਾ ਨਾ ਉਨਾ ਇਕੱਠਾ ਲਿਆ ਕੇ ਬੋਤਲਾਂ ਰੱਖ ਲਓ, ਜਿੱਦਾਂ ਕਿ ਮੈਂ ਚਾਰ ਲੈ ਦਿੰਦੇ ਹਨ। ਜਿੰਨਾ ਪਾਉਣਾ ਇਸੇ ਕੰਪਨੀ ਦਾ ਪਾਉਣਾ, ਫਿਰ ਦੂਜੀ ਤੀਜੀ ਦਾ ਨਹੀਂ ਪਾਉਣਾ। ਇਹ ਕੱਚੀ ਕਹਾਣੀ ਦਾ ਕੰਪਰੈਸ ਤੇਲ ਹੈ। ਅਤੇ ਲਓ ਜੀ ਹੁਣ ਅਸੀਂ ਪਾਉਂਦੇ ਹਾਂ ਅਚਾਰ। ਮੇਥਿਆਂ ਨੂੰ ਥੋੜ੍ਹਾ ਜਿਹਾ ਦਰੜ ਫਰੜ ਕਰਕੇ ਅਸੀਂ ਪਾਵਾਂਗੇ। ਸੌਂਫ ਜਿਹੜਾ ਹੈ ਨਾ, ਇਹਦੇ ਵਿੱਚ ਥੋੜ੍ਹਾ ਜਿਹਾ ਕੱਖ ਕਰਲਾ ਕਈ ਵਾਰੀ ਹੁੰਦਾ ਹੈ, ਅਤੇ ਅਸੀਂ ਇਹਨੂੰ ਸਾਫ਼ ਕਰ ਲੈਂਦੇ ਹਾਂ। ਇਹ ਜਿਹੜੇ ਹੈ ਦੇਖੋ ਦਰੜ ਫਰੜ ਕੀਤੇ ਨੇ, ਇਹ ਅਸੀਂ ਇਹ 100 ਗ੍ਰਾਮ ਸੀਗੇ, ਇਹ ਪੂਰੇ ਪਾ ਦਿੱਤੇ ਨੇ, ਠੀਕ ਹੈ ਜੀ। ਤਰੀਕਾ ਮੈਂ ਦੱਸਣ ਵਾਲੀ ਹਾਂ, ਇਹਦੇ ਨਾਲ ਕਦੇ ਵੀ ਅਚਾਰ ਖਰਾਬ ਨਹੀਂ ਹੁੰਦਾ। ਇਹ ਅਸੀਂ ਜ਼ਰਾ ਕੁ ਤੇਲ ਲਿਆਵੇ, ਤੇਲ ਲੈ ਕੇ ਅਤੇ ਸਾਰੇ ਮਰਤਬਾਨ ਦੇ ਵਿੱਚ ਇੱਦਾਂ ਕਰਕੇ ਘੁਮਾ ਲੈਣਾ। ਇਹ ਨੇ ਮੇਥੇ ਪੀਸ, ਅਤੇ 2 ਚਮਚ ਜਿਹੜੀ ਹੈ ਉਹ ਪਾਵਾਂਗੇ ਹਲਦੀ। ਸਾਡੇ ਕੋਲ 5 ਕਿਲੋ ਅੰਬੀਆਂ ਦਾ ਹੈਗਾ, 5 ਕਿਲੋ ਅੰਬੀਆਂ ਦੇ ਵਿੱਚ ਜਿਹੜਾ ਹੈ ਨਾ ਜੀ, ਜਿੰਨੀਆਂ ਨਿਕਲ ਆਈਆਂ 4.5 ਕਿਲੋ ਨਿਕਲ ਆਈਆਂ, ਅਤੇ ਇਹਦੇ ਵਿੱਚ ਤਿੱਖੀ ਮਿਰਚ ਇਹ ਜਿਹੜੀ ਹੈ ਜਿੰਨੀ ਤੁਸੀਂ ਖਾਣੀ ਹੋਵੇ ਓਨੀ। ਇਹ ਸਾਡੇ ਕੋਲ ਹੈਗਾ ਦਾਲਚੀਨੀ, ਦਾਲਚੀਨੀ ਦਾ 1 ਚਮਚ, ਬਹੁਤ ਅੱਛਾ ਟੇਸਟ ਆਉਂਦਾ ਇਹਦੇ ਨਾਲ। ਇਸ ਤੋਂ ਇਲਾਵਾ ਸਾਡੇ ਕੋਲ ਹੈਗਾ ਪੀਸਿਆ ਹੋਇਆ ਜੀਰਾ, ਇਹ ਬਹੁਤ ਸਵਾਦ ਲੱਗਦਾ ਔਰ ਇਹਦਾ ਟੇਸਟ ਵੀ ਵਧਾਉਂਦਾ ਅਤੇ ਇਹ ਹਾਜ਼ਮੇ ਵਾਲਾ ਵੀ ਹੁੰਦਾ। ਉਸ ਤੋਂ ਇਲਾਵਾ ਸਾਨੂੰ ਚਾਹੀਦੀ ਹੈ ਕਲੌਂਜੀ, ਕਲੌਂਜੀ ਦੀ ਲੋੜ ਨਹੀਂ, ਵੈਸੇ ਕਲੌਂਜੀ ਫਾਇਦੇ ਵਾਲੀ ਹੁੰਦੀ ਹੈ। ਇਹ ਜਿਹੜਾ ਹੈ ਨਾ ਪਿਆਜ਼ਾਂ ਦਾ ਬੀਜ ਹੁੰਦਾ, ਇਹ ਕੋਈ ਐਸੀ ਚੀਜ਼ ਨਹੀਂ ਹੈ ਜਿਸਨੂੰ ਆਪਾਂ ਵਰਤ ਨਹੀਂ ਸਕਦੇ, ਬਹੁਤ ਅੱਛੀ ਹੈ। ਇਸ ਤੋਂ ਇਲਾਵਾ ਅਸੀਂ ਪਾਵਾਂਗੇ ਨਮਕ, ਇਹਦੇ ਵਿੱਚ 100 ਗ੍ਰਾਮ ਦੇ ਹਿਸਾਬ ਨਾਲ 1/2 ਕਿਲੋ ਨਮਕ ਜਿਹੜਾ ਉਹ ਅਸੀਂ ਪਾ ਦਿਆਂਗੇ। ਥੋੜ੍ਹੀਆਂ ਜਿਹੀਆਂ ਸਾਬਤ ਕਾਲੀਆਂ ਮਿਰਚਾਂ ਜਿਹੜੀਆਂ ਨੇ ਬਹੁਤ ਅੱਛੀਆਂ ਲੱਗਦੀਆਂ ਨੇ। ਇਸ ਤੋਂ ਇਲਾਵਾ 100 ਗ੍ਰਾਮ ਸੌਂਫ ਮਿਰਚ, ਇਹ ਰੰਗ ਵੀ ਬਹੁਤ ਵਧੀਆ ਦਿੰਦੀ ਹੈ ਅਤੇ ਸਵਾਦ ਵੀ। ਇਹਨੂੰ ਅਸੀਂ ਅੱਛੀ ਤਰ੍ਹਾਂ ਨਾਲ
ਮਿਕਸ ਕਰ ਲਾਂਗੇ। ਜੇ ਚਾਹੋ ਤਾਂ ਸੌਂਫਾਂ ਨੂੰ ਤੁਸੀਂ ਚੱਚਰ ਕੇ ਵੀ ਪਾ ਸਕਦੇ ਹੋ, ਪਰ ਅਸੀਂ ਸਾਬਤ ਪਾਏ। ਇਹ ਮਰਤਬਾਨ ਅਸੀਂ ਤੇਲ ਦੇ ਨਾਲ ਪੂਰਾ ਘੁਮਾ ਲਿਆ ਤਾਂ ਕਿ ਅਚਾਰ ਖਰਾਬ ਨਾ ਹੋਵੇ। ਵੈਸੇ ਨਮਕ ਪੂਰਾ ਹੋਵੇ ਤਾਂ ਅਚਾਰ ਬਿਲਕੁਲ ਖਰਾਬ ਨਹੀਂ ਹੁੰਦਾ। ਅਤੇ ਇਹ ਜਿਹੜੀਆਂ ਮਿਰਚਾਂ ਸਨ ਇਹਨਾਂ ਨੂੰ ਅਸੀਂ ਥੱਲੇ ਪਾ ਦਿੱਤਾ। ਹੁਣ ਇਹਦਾ ਕਾਰਨ ਪੁੱਛੋਗੇ, ਇਹ ਮਿਰਚਾਂ ਬਾਅਦ ਵਿੱਚ ਖੱਟੇ ਪਾਣੀ ਨਾਲ ਸਵਾਦ ਵੀ ਹੋ ਜਾਂਦੀਆਂ ਨੇ ਅਤੇ ਜਿਹੜਾ ਅਚਾਰ ਸਾਡਾ ਪਾਣੀ ਛੱਡਦਾ ਉਹ ਵੀ ਇਹ ਚੂਸ ਲੈਂਦੀਆਂ। ਮੈਂ ਹਲਦੀ ਥੋੜ੍ਹੀ ਜਿਹੀ ਘੱਟ ਪਾਈ ਹੈ ਅਤੇ ਤੁਸੀਂ ਚਾਹੋ ਤਾਂ ਹਲਦੀ ਹੋਰ ਵੀ ਪਾ ਸਕਦੇ ਹੋ। ਅਤੇ ਮੈਂ ਲਾਲ ਮਿਰਚਾਂ ਵਾਲਾ ਜਿਹੜਾ ਰੰਗ ਹੈ ਉਹ ਲਿਆਉਣਾ ਚਾਹੁੰਦੀ ਹਾਂ। ਅਤੇ ਇਹਨਾਂ ਫਾੜੀਆਂ ਨੂੰ ਹੁਣ ਅਸੀਂ ਦੇਖੋ, ਲੋਕ ਕਹਿੰਦੇ ਨੇ ਸਾਡੇ ਹੱਥ ਦਾ ਨਹੀਂ ਠੀਕ ਰਹਿੰਦਾ, ਇੰਜ ਨਹੀਂ ਹੁੰਦਾ, ਉਂਝ ਨਹੀਂ ਹੁੰਦਾ, ਐਸਾ ਕੁਝ ਨਹੀਂ ਹੈਗਾ। ਇਹ ਸਭ ਸਿਰਫ ਬਹਾਨੇਬਾਜ਼ੀਆਂ ਨੇ। ਸਿਰਫ ਤੁਸੀਂ ਕੀ ਕਰਨਾ, ਅਚਾਰ ਦੀਆਂ ਫਾੜੀਆਂ ਨੂੰ ਇੱਦਾਂ ਕਰਕੇ ਮਲਣਾ, ਅਚਾਰ ਸੁੱਕਿਆ ਹੋਣਾ ਚਾਹੀਦਾ ਹੈ। ਔਰ ਬਿਲਕੁਲ ਜੇ ਧੁੱਪ ਨਾ ਵੀ ਲੱਗੀ ਹੋਵੇ ਤਾਂ ਵੀ ਅਚਾਰ ਨੂੰ ਕੁਝ ਨਹੀਂ ਹੁੰਦਾ, ਪੱਖੇ ਥੱਲੇ ਰੱਖ ਕੇ ਵੀ ਤੁਸੀਂ ਸੁਕਾ ਸਕਦੇ ਹੋ। ਇੱਦਾਂ ਥੋੜ੍ਹੀਆਂ ਥੋੜ੍ਹੀਆਂ ਹੁਣ ਕੀ ਕਰਾਂਗੇ ਅਸੀਂ, ਥੋੜ੍ਹਾ ਜਿਹਾ ਜਿਹੜਾ ਮੁੱਠ-ਮੁੱਠ ਮਸਾਲਾ ਇਹਦੇ ਵਿੱਚ ਪਾਵਾਂਗੇ। ਹੁਣ ਅਸੀਂ ਫਾੜੀਆਂ ਇਹਨਾਂ ਨੂੰ ਵਿੱਚ ਪਾਈ ਜਾਣਾ ਮਲ ਮਲ ਕੇ। ਇਹਨਾਂ ਨੂੰ ਮਲਣਾ ਬਹੁਤ ਜ਼ਰੂਰੀ ਹੈ। ਇਹ ਸਾਡੇ ਫਾਦਰ ਕਹਿੰਦੇ ਹੁੰਦੇ ਸੀ ਵੀ ਅਚਾਰ ਨੂੰ ਜਦ ਤੱਕ ਮਲਿਆ ਨਹੀਂ ਤਦ ਤੱਕ ਅਚਾਰ ਠੀਕ ਨਹੀਂ ਆਏਗਾ। ਇਹ ਜਿਹੜਾ ਅਚਾਰ ਇਸ ਮਰਤਬਾਨ 'ਚ ਪਾ ਰਹੀ ਹਾਂ ਇਹ ਮੈਂ ਬਸ ਇੱਕ ਤੇਲ ਨਾਲ ਉਹੀ ਕੀਤਾ, ਉਹ ਵੀ ਅੰਕਲ ਨੂੰ ਦੱਸੇ ਬਿਨਾਂ। ਇਹਦੇ ਵਿੱਚ ਅਸੀਂ ਚੀਨੀ ਪਾਵਾਂਗੇ ਥੋੜ੍ਹੀ ਜਿਹੀ। ਇਹ ਪ੍ਰਿਜ਼ਰਵੇਟਰ ਹੈ ਇਹਦਾ, ਅਤੇ ਇਹ ਜਿਹੜਾ ਅਚਾਰ ਹੈ ਬਿਨਾਂ ਤੇਲ ਦੇ ਅੰਕਲ ਵਾਸਤੇ ਬਣਾ ਰਿਹਾ। ਤੇਲ ਵਾਲਾ ਵੀ ਤੁਹਾਨੂੰ ਦਿਖਾਉਂਦੇ ਹਾਂ। ਇਹ ਜੀ ਇਹ ਮਰਤਬਾਨ ਜਿਹੜਾ ਹੈ ਇਹ ਅੰਕਲ ਵਾਸਤੇ ਬਣ ਰਿਹਾ। ਇਹਦੇ ਵਿੱਚ ਅਸੀਂ ਤੇਲ ਦੀ ਬਜਾਏ ਚੀਨੀ ਪਾਈ ਹੈ। ਇਹਦੇ ਨਾਲ ਵੀ ਫਿਰ ਅਚਾਰ ਜਿਹੜਾ ਹੈ ਖਰਾਬ ਨਹੀਂ ਹੁੰਦਾ ਸਾਰਾ ਸਾਲ, ਔਰ ਆਰਾਮ ਨਾਲ ਖਾ ਸਕਦੇ ਜਿਨ੍ਹਾਂ ਨੂੰ ਤੇਲ ਨਹੀਂ ਖਾਣਾ ਜੀ। ਇਹਦੇ ਉੱਪਰ ਵੀ ਇੰਨੀ ਆਪਾਂ ਕਿਲੋ ਪਿੱਛੇ 100 ਗ੍ਰਾਮ ਚੀਨੀ ਅਸੀਂ ਇਹਦੇ ਵਿੱਚ ਪਾ ਦਈਏ ਅਤੇ ਅਚਾਰ ਕਦੇ ਖਰਾਬ ਨਹੀਂ ਹੁੰਦਾ ਔਰ ਬਿਨਾਂ ਤੇਲ ਵਾਲਾ ਬਣਦਾ। ਹੁਣ ਤੇਲ ਵਾਲਾ ਅਸੀਂ ਥੋੜ੍ਹਾ ਜਿਹਾ ਤੇਲ ਇਸਦੇ ਵਿੱਚ ਪਾ ਲਾਂਗੇ ਤਾਂ ਕਿ ਸਾਡੀਆਂ ਅੰਬ ਦੀਆਂ ਫਾੜੀਆਂ ਨੂੰ ਮਸਾਲਾ ਸਾਰਾ ਚਿਪਕ ਜਾਏ। ਇਹ ਜਿਹੜਾ ਅਚਾਰ ਹੈ ਅਸੀਂ ਥੋੜ੍ਹਾ ਜਿਹਾ ਵਿੱਚ ਤੇ ਜ਼ਿਆਦਾ ਤੇਲ ਨਹੀਂ ਪਾਉਣਾ ਹੁੰਦਾ, ਜ਼ਿਆਦਾ ਤੇਲ ਪਾਵਾਂਗੇ ਤਾਂ ਫਿਰ ਅਚਾਰ ਗਲੇਗਾ ਨਹੀਂ। ਔਰ ਅਸੀਂ ਇਸਨੂੰ ਅਜੇ 2-3 ਦਿਨ ਦੀ ਧੁੱਪ ਲਵਾ ਕੇ ਫਿਰ ਬਾਅਦ ਵਿੱਚ ਪਾਉਂਦੇ ਹਾਂ ਤੇਲ। ਲਓ ਜੀ ਇਹਨਾਂ ਨੂੰ ਵੀ ਇੱਦਾਂ ਹੱਥਾਂ ਨਾਲ, ਡਰੋ ਨਾ ਵੀ ਤੁਹਾਡੇ ਹੱਥ ਖਰਾਬ ਹੋ ਜਾਣਗੇ। ਕਾਹਦੇ ਆ ਹਲਦੀ ਵੈਸੇ ਨਹੀਂ ਲਾਉਂਦੇ, ਹਲਦੀ ਤਾਂ ਸੁਆਪਾਂ ਵਾਸਤੇ ਬੜੀ ਲਾਉਂਦੇ ਨੇ ਅਤੇ ਅਚਾਰ ਨੂੰ ਆਪਾਂ ਲਾ ਦਿੱਤੀ ਅਤੇ ਕੀ ਹੋਇਆ। ਇੱਧਰ ਦਿਖਾਓ ਜੀ, ਇਹ ਜਿਹੜਾ ਮਰਤਬਾਨ ਹੈ ਇਹ ਸਾਡਾ ਤੇਲ ਵਾਲਾ ਅਚਾਰ ਹੈ, ਰਾਮਕੇਲਾ ਅਚਾਰ, ਤੇਲ ਵਾਲਾ। ਰਾਮਕੇਲਾ ਅੰਬੀਆਂ ਸੀਗੀਆਂ ਇਹਦੇ ਵਿੱਚ ਵੀ ਅਸੀਂ ਥੱਲੇ ਥੋੜ੍ਹੀ ਜਿਹੀ ਨਾਲ ਨਾ ਮੈਂ ਪਾਈ ਜਾਵਾਂਗੀ ਮਸਾਲਾ ਜਿਹੜਾ ਨਾ ਨਾਲ ਹੀ ਪਾਈ ਜਾਵਾਂਗੇ। ਸਾਰੇ ਮਰਤਬਾਨ ਵਿੱਚ ਮਸਾਲਾ ਵੀ ਹੋ ਜਾਏਗਾ ਅਤੇ ਅਚਾਰ ਵੀ ਮਿਲਿਆ ਜਾਏਗਾ। ਥੱਲੇ ਮਸਾਲਾ ਪਾਇਆ, ਇੱਕ ਵਾਰੀ ਸੈਂਟਰ 'ਚ ਪਾਇਆ, ਇੱਕ ਵਾਰੀ ਉੱਪਰ ਪਾਈਦਾ ਅਤੇ ਥੋੜ੍ਹੀ ਦੇਰ ਨੂੰ ਇਹਨੇ ਆਪੇ ਥੱਲੇ ਵੀ ਹੋ ਜਾਣਾ। ਇਹ ਅਚਾਰ ਨੂੰ ਨਾ ਧੁੱਪ ਦੇ ਵਿੱਚ ਰੱਖ ਦਿਓ ਅਤੇ ਇਸਨੂੰ ਜੇ ਪੂਰੇ ਦਿਨ ਦੀ ਧੁੱਪ ਹੋਵੇ ਤਾਂ ਬਹੁਤ ਵਧੀਆ,
ਤਿੰਨ ਦਿਨ ਇਸੇ ਤਰ੍ਹਾਂ ਉੱਤੇ ਢੱਕਣ ਨਹੀਂ ਦਿੱਤਾ, ਅਸੀਂ ਕੱਪੜਾ ਹੀ ਬੰਨਿਆ ਅਤੇ ਇਸਨੂੰ ਬੰਨ ਕੇ ਧੁੱਪੇ ਰੱਖੋ, ਹਫ਼ਤੇ ਬਾਅਦ ਤੁਸੀਂ ਤੇਲ ਪਾ ਸਕਦੇ।